ਇਹ ਬੇਸਮੈਂਟ ਹੈ। ਬੇਸਮੈਂਟ ਦੇ ਵਿੱਚ ਜਿਹੜੇ ਆਹ ਲਗਾਏ ਹੋਏ ਨੇ ਨਾ, ਇਹ ਵਾਸ਼ਰੂਮ ਦੇ ਲਈ ਲਗਾਈਆਂ ਨੇ ਇਹਨਾਂ ਨੇ ਪਾਈਪਾਂ। ਹਾਂ, ਇਹ ਪਾਈਪਾਂ ਵਾਸ਼ਰੂਮ ਦੀਆਂ ਨੇ। ਅਤੇ ਜਿਹੜਾ ਇੱਧਰ ਵਾਲਾ ਏਰੀਆ, ਇੱਥੇ ਇੱਕ ਇਹ ਜਿਪਸਮ ਦੀਆਂ ਸੀਟਾਂ ਜਿਹੀਆਂ ਲਗਾ ਦੇਣਗੇ ਮਾੜੀਆਂ ਜਿਹੀਆਂ, ਪਰ ਇਹ ਸਾਹਮਣੇ ਇਹਦੇ ਵਿੱਚ ਏਸੀ ਲਗਾਉਣਗੇ, ਨਾਲ ਇਹਦੇ ਵਿੱਚ ਉਹ ਲੱਗੂਗਾ ਹੀਟ ਲੱਗੂਗੀ। ਅਤੇ ਇੱਥੇ ਨੇ ਟੈਂਕ ਰੱਖਣਾ ਪਾਣੀ ਦਾ, ਗਰਮ ਪਾਣੀ ਕਰਨ ਦਾ। ਹਾਂ, ਅਤੇ ਉਹਦਾ ਮੰਥਲੀ ਬਿੱਲ ਆ $50 ਦਾ ਜੀ। ਅਤੇ ਜਿਹੜੀ ਜਿਹੜੀ ਛੱਤ ਆ, ਕਿਹੜੀ ਇਹ ਢੱਕਦੇ ਨਹੀਂ, ਜਿਹੜਾ ਤਾਂ ਛੱਤ ਆ ਜਿਹੜੀ, ਇਹ ਐਂ ਰਹੂਗੀ ਇਹਦੀ, ਇਹਦੇ ਉੱਤੇ ਇਹਨਾਂ ਨੇ ਕੁਝ ਨਹੀਂ ਲਾਉਣਾ, ਇਹਨੂੰ ਬੰਦ ਨਹੀਂ ਕਰਨਾ ਇਹਨਾਂ ਨੇ ਦੱਸਿਆ ਸਾਨੂੰ। ਅਤੇ ਜਿਹੜੀ ਆਹ ਕੰਧ ਆ ਸਾਹਮਣੇ, ਕੰਧ ਨੇ ਵੀ ਇੱਦਾਂ ਹੀ ਰਹਿਣਾ, ਆਹ ਕੰਧਾਂ ਦੇ ਉੱਤੇ ਵੀ ਪਲਾਸਟਰ ਨਹੀਂ ਕਰਨਾ ਇਹਨਾਂ ਨੇ, ਇਹ ਸੀਮਿੰਟ ਦੀਆਂ ਨੇ ਕੰਧਾਂ, ਪਰ ਇਹਦੇ ਕੋਈ ਪਲਾਸਟਰ ਵਗੈਰਾ ਨਹੀਂ ਕਰਦੇ, ਐਂ ਰਹਿਣਗੀਆਂ ਬੇਸਮੈਂਟ ਦੇ ਵਿੱਚ। ਅਤੇ ਆਹ ਛੱਤ ਵੀ ਉੱਤੋਂ ਐਂ ਰਹੂਗੀ ਖਾਲੀ, ਛੱਤ ਦੇ ਉੱਤੇ ਕੁਛ ਨਹੀਂ ਲਾਉਣਾ ਇਹਨਾਂ ਨੇ। ਫਿਰ ਕਿਰਾਏ 'ਤੇ ਆਪਾਂ ਦੇ ਨਹੀਂ ਸਕਦੇ ਇਹਦੀ, ਜਿਹੜੀ ਨਾ ਤਾਂ ਇਹਦਾ ਕੋਈ ਆਪਣਾ ਰਾਸਤਾ ਹੈਗਾ ਕਿਤੋਂ ਆਉਣ ਦਾ, ਅਤੇ ਨਾ ਹੀ ਇੱਥੇ ਆਪਾਂ ਰਸੋਈ ਬਣਾ ਸਕਦੇ। ਹਾਂ, ਕੰਪਲੀਟ ਕਰਾ ਸਕਦੇ ਹਾਂ, ਜਿਵੇਂ ਇਹਦੇ 'ਚ ਵਾਸ਼ਰੂਮ ਦੇ ਆਊਟਲੈਟ ਹੈਗੇ, ਆਪਾਂ ਉੱਥੇ ਵਾਸ਼ਰੂਮ ਬਣਾ ਸਕਦੇ ਹਾਂ, ਪਰ ਇਹ 'ਚ ਰਸੋਈ ਦਾ ਕੋਈ ਪ੍ਰਬੰਧ ਨਹੀਂ। ਪੰਜ ਚਾਰ ਬੰਦੇ ਇੰਨੇ ਪੈ ਸਕਦੇ ਨੇ। ਹਾਂ ਹਾਂ ਬਿਲਕੁਲ, ਹਾਂ ਹਾਂ ਉਹ ਤਾਂ ਹੈਗਾ। ਇਹ ਸਾਹਮਣੇ ਤਾਂ ਸਟੋਰ ਏਰੀਆ ਤਾਂ ਹਨੇਰਾ ਹੋਇਆ ਪੈਦਾ ਇਹ ਉੱਪਰ। ਹਾਂ, ਹੁਣ ਆਪਾਂ ਪਹਿਲੇ ਲੈਵਲ 'ਤੇ ਦੁਬਾਰੇ ਚੱਲਦੇ ਹਾਂ। ਆਇਆ ਵੀ ਆ, ਕੰਧ 'ਚ ਜਾਣ ਨਹੀਂ ਹੈ ਕੋਈ, ਇਹ ਜਿਪਸਮ ਦੀ ਸ਼ੀਟ ਆ, ਜਿਵੇਂ ਆਹ ਇੱਥੇ ਆਪਾਂ ਐਂ ਕਰੀਏ, ਇਹ 'ਚੋਂ ਐਂ ਹੋ ਨਿਕਲੀ ਜਾਂਦਾ ਬਸ, ਹੈ ਨਾ, ਬਸ ਮਾੜਾ ਜਿਹਾ ਗੱਤਾ ਲਾਇਆ ਅਤੇ ਆਹ ਜਿਪਸਮ ਦੀ ਸ਼ੀਟ ਆ, ਇਹੀ ਬਸ ਇਹਨੇ ਲਾਤੀ, ਨਾ ਕੋਈ ਪਲਾਸਟਰ ਕਰਨਾ, ਬਸ ਤਾਂ ਰੰਗ ਕਰ ਦੇਣਾ। ਚੇਪੀਆਂ ਲਾਤੀਆਂ ਇੱਥੇ, ਆਹ ਜੋੜਾਂ 'ਤੇ ਚੇਪੀ ਲਾਤੀ ਇਹਨਾਂ ਨੇ, ਚੇਪੀ ਲਾ ਕੇ ਥੋੜ੍ਹਾ ਜਿਹਾ ਚਿੱਟਾ ਰੰਗ ਕਰਤਾ। ਕਿਚਨ ਦੀ ਵੀਡੀਓ ਬਣਾ, ਹਾਂ ਹਾਂ, ਬਸ ਇੱਥੇ ਕਿਚਨ ਬਣਾ ਦੇਣੀ ਇਹਨਾਂ ਨੇ। ਅਤੇ ਸਾਹਮਣੇ ਹਾਲ ਦਾ ਏਰੀਆ, ਹਾਲ ਦਾ ਉੱਤੇ ਇਸ ਤਰ੍ਹਾਂ, ਬਸ ਇਹਦੇ ਜਿਹੜੀਆਂ ਆਊਟਲੈਟ ਰੱਖੀ ਹੋਈ ਤਾਂ, ਹਾਂ ਮਾੜੀ ਮੋਟੀ ਕਿਤੋਂ ਆਉਣ ਨੂੰ, ਹਵਾ ਹਵਾ ਆਉਣ ਨੂੰ ਹੋਊਗੀ। ਅਸਲ 'ਚ ਇਹਦੀਆਂ ਕੰਧਾਂ ਨੇ, ਇਹਨੂੰ ਇਹ ਡਰਾਈ ਵਾਲ ਕਹਿੰਦੇ ਨੇ, ਆਹ ਚੀਜ਼ਾਂ ਇਹ ਜਿਪਸਮ ਦੀਆਂ ਨੇ, ਬਸ ਇਹਨਾਂ 'ਤੇ ਇਹਨਾਂ ਨੇ ਮੇਖਾਂ ਮਾਰੀਆਂ ਨੇ, ਆਹ ਥਾਂ ਥਾਂ ਮੇਖਾਂ ਮਾਰੀਆਂ ਹੋਈਆਂ ਨੇ, ਬਸ ਇਹਨੂੰ ਫੜ ਲੈਂਦੇ ਨੇ ਦੋ ਜਾਣੇ ਮੇਖਾਂ ਮਾਰ ਕੇ, ਜਿੱਥੇ ਜੋੜ ਆ ਉੱਥੇ ਪੱਟੀ ਲਾ ਕੇ ਰੰਗ ਕਰ ਦਿੰਦੇ ਨੇ। ਸੌਖਾ ਕੰਮ, ਆਗੂ ਪਲਾਸਟਰ ਕਰਨ ਦੀ ਲੋੜ ਨਹੀਂ, ਜਾਨ ਜੂਨ 'ਚ ਹੈ ਨਹੀਂ ਉਹ ਵਾਲੀ, ਐਂ ਖੜਕਾ ਆਉਂਦਾ ਜਿਵੇਂ ਤੌੜਾ ਹੁੰਦਾ। ਆ ਪੌੜੀਆਂ ਨੇ ਲੱਕੜ ਦੀਆਂ, ਬਾਲਾਂ ਨੂੰ ਸਖ਼ਤ ਨਹੀਂ ਦੀਆਂ, ਜਿਹੜੀਆਂ ਕੰਧਾਂ ਨੇ ਵਿੱਚ ਉਹਨਾਂ ਦੇ ਕੰਧਾਂ ਦੇ ਵਿੱਚ ਵੀ ਲੱਕੜ ਦਾ ਸੰਚਾ ਲਾਇਆ ਹੋਇਆ। ਅਤੇ ਆਹ ਮੂਰੀਆਂ ਨੇ ਇਹ ਚੀਨ 'ਚ ਬਣੀਆਂ ਹੋਈਆਂ ਨੇ, ਆਹ ਖੜਕੀ ਨੇ ਪਲਾਸਟਿਕ ਕਹਿਣਾ ਸਾਰਾ, ਉਹਨਾਂ ਵਿੱਚ ਵੀ ਹਵਾ ਨਹੀਂ ਆਉਂਦੀ। ਅਤੇ ਜਿਹੜਾ ਅੰਦਰ ਲੱਕੜ ਦੀਆਂ ਜਿਹੜੀਆਂ ਸੰਚਾ, ਉਹ ਇਹੋ ਜਿਹੀ ਲੱਕੜ ਦਾ, ਇਸ ਟਾਈਪ ਦੀ ਲੱਕੜ ਦਾ ਬਣਾਇਆ ਹੋਇਆ। ਅਤੇ ਬਾਹਰ ਦਾ ਵਿਊ ਇਸ ਤਰ੍ਹਾਂ, ਸਾਹਮਣੇ ਅਲਮਾਰੀ ਆ, ਇੱਕ ਹੋਰ ਰੂਮ ਹੈ, ਇਹ ਵਾਸ਼ਰੂਮ ਹੈ,
ਆ ਪਾਈਪਾਂ ਨੇ ਸਿੰਕ ਦੀਆਂ ਪਾਣੀ ਵਾਲੀਆਂ ਦੋ, ਨਹਾਉਣ ਦੇ ਲਈ ਵਾਸ਼ਰੂਮ ਬਣਿਆ ਹੈ। ਇਹ ਮੇਨ ਬੈਡਰੂਮ ਆ, ਮੇਨ ਬੈਡਰੂਮ ਦੇ ਵਾਸ਼ਰੂਮ ਦੇ ਵਿੱਚੋਂ ਵਿਊ ਇਹ, ਅਤੇ ਫਿਰ ਆਹ ਮੇਨ ਬੈਡਰੂਮ ਦੇ ਵਿੱਚ ਆ ਜਾਂਦੇ ਹਾਂ ਆਪਾਂ। ਇਹਦੇ ਵਿੱਚ ਛੱਤ ਵੀ ਉੱਤੇ ਉਹੀ ਆ ਬਸ, ਬਸ ਜੇ ਸਮਝੋ ਸੀਟਾਂ ਲਾਈਆਂ ਨੇ, ਬਸ ਉਹਨਾਂ 'ਤੇ ਮੇਖਾਂ ਲਾਈਆਂ ਹੋਈਆਂ ਨੇ, ਜਿੱਥੇ ਜੋੜਾ ਉੱਥੇ ਚੇਪੀ ਹੈ। ਅਤੇ ਆਹ ਜਿਹੜਾ ਕਮਰਾ, ਇਹ ਏਰੀਆ ਉਹਦੇ ਲਈ ਆ, ਬਣਾਉਣ ਦੇ ਲਈ, ਆਪਣਾ ਕੱਪੜੇ ਧੋਣ ਦੇ ਲਈ ਇਹ ਸਿਸਟਮ ਹੈ ਇੱਥੇ। ਨਹੀਂ ਇਹ ਸੋਰੀ ਕਲੋਜ਼ਟ ਹੈ, ਇਹ ਇੱਥੇ ਵਾਕ ਇਨ ਕਲੋਜ਼ਟ ਕਹਿੰਦੇ ਨੇ ਇਹਨੂੰ, ਵੀ ਇਹਦੇ ਆਪਣਾ ਕੱਪੜੇ ਕੁੱਪੜੇ ਟੰਗ ਸਕਦੇ ਹਾਂ। ਇਹ ਐਡੀ ਵੱਡੀ ਬਸ ਇੱਕ ਅਲਮਾਰੀ ਆ ਇਹਦੇ ਨਾਲ ਵਾਸ਼ਰੂਮ ਦੇ। ਇੱਧਰ ਸੈਕਿੰਡ ਕਹਿ ਲਓ ਦੂਸਰਾ, ਆਹ ਸਾਹਮਣੇ ਜਿਹੜੇ ਦੋ ਪਾਈਪਾਂ ਨੇ, ਇਹ ਪਾਈਪਾਂ ਸਿੰਕ ਵਗੈਰਾ ਦੀਆਂ ਨੇ, ਇੱਕ ਨਾਲ ਪਾਈਪ ਆ ਇੱਧਰ ਟੋਇਲਟ ਦੀ, ਸਾਹਮਣੇ ਇੱਧਰ ਹਨੇਰਾ ਪਰ ਇੱਧਰ ਸਟੈਂਡਿੰਗ ਵਾਸ਼ਰੂਮ ਆ। ਇਹਦੇ ਨਾਲ ਇੱਕ ਅਲਮਾਰੀ ਹੈ, ਇੱਕ ਨਿੱਕਾ ਜਿਹਾ ਕਮਰਾ ਜਿਹਾ ਹੁੰਦਾ ਰਸੋਈ ਵਾਂਗੂ, ਰਸੋਈ ਵਾਂਗੂ ਨਿੱਕਾ ਜਿਹਾ ਕਮਰਾ ਹੁੰਦਾ ਇਹ, ਜਿਹਦੇ ਵਿੱਚ ਆਊਟਲੈਟ ਰੱਖੇ ਹੋਏ ਨੇ ਜਾਂ ਬਗਲਿਆ ਮੋਗੇ ਰੱਖੇ ਹੋਏ ਨੇ। ਆਪ ਅਲੱਗ ਹੈ ਵਾਸ਼ਰੂਮ ਵਾਸ਼ਿੰਗ ਮਸ਼ੀਨ ਦਾ, ਇਹ ਮੋਗਾ, ਇਹਦੇ ਵਿੱਚ ਹਵਾ ਵਗੈਰਾ ਜਾਂਦੀ ਹੈ। ਅਤੇ ਇੱਧਰ ਨਾਲ ਸਾਈਡ ਦੇ ਉੱਤੇ ਪਾਣੀ ਹੈ, ਪਾਣੀ ਦਾ ਗਰਮ ਅਤੇ ਠੰਡੇ ਪਾਣੀ ਦਾ ਦੀ ਟੂਟੀ ਲੱਗੀ ਹੋਈ ਹੈ, ਇੱਥੋਂ ਆਪਦਾ ਪਾਣੀ ਹੁੰਦਾ ਦਾ ਵਿਊ ਆ। ਇੱਧਰ ਵਾਸ਼ਰੂਮ ਆ, ਇਹਦੇ ਨਾਲ ਇੱਕ ਕਲੋਜ਼ਟ ਹੈ, ਔਰ ਇੱਧਰ ਵਾਕਿੰਗ ਕਲੋਜ਼ਟ ਹੈ ਜਿਹੜੀ ਵੱਡੀ ਹੈ, ਇਹ ਕੱਪੜੇ ਧੋਣ ਦਾ ਹੈਗਾ ਸਿਸਟਮ। ਇਹਦੇ ਨਾਲ ਹੀ ਵਾਸ਼ਰੂਮ ਹੈ ਇੱਧਰ ਵਾਲੀ ਸਾਈਡ 'ਤੇ, ਇਹ ਕਮਰਾ ਨੰਬਰ 2 ਹੈ, ਇਹ ਥੋੜ੍ਹਾ ਜਿਹਾ ਲੰਬਾ, ਔਰ ਇਸ ਦਾ ਇਹ ਵਿਊ ਹੈ। ਕਮਰੇ ਦੇ ਨਾਲ ਹੀ ਇੱਧਰ ਇਹ ਪੌੜੀਆਂ ਨੇ, ਥੱਲੇ ਜਾਂਦੀਆਂ ਨੇ। ਦਾ ਕਮਰਾ ਬੱਚੇ ਦਾ ਕਮਰਾ ਹੁੰਦਾ ਜਿਹੜਾ, ਇੱਕ ਇਹ ਹੋਣਾ 10x10 ਦਾ। ਇਹ ਪੌੜੀਆਂ ਤੋਂ ਥੱਲੇ ਦਾ ਵਿਊ ਆ, ਪੌੜੀਆਂ ਥੱਲੇ ਆਪਾਂ ਉੱਤਰ ਰਹੇ ਹਾਂ। ਪੌੜੀਆਂ ਦਾ ਤੁਸੀਂ ਦੇਖੋ ਵੀ ਸਮਾਨ ਕੀ ਆ, ਆਹ ਗੱਤਾ, ਆਹ ਗੱਤਾ, ਇਹ ਲੱਕੜ ਨਹੀਂ ਹੈਗੀ, ਆਹ ਇਹ ਲੱਕੜ ਵਰਗਾ ਲੱਗਦਾ ਪਰ ਇਹ ਲੱਕੜ ਹੈ ਨਹੀਂ, ਇਹ ਲੱਕੜ ਦਾ ਕੂੜਾ ਇਕੱਠਾ ਕੀਤਾ ਹੋਇਆ, ਉਹ 'ਚ ਮੈਂ ਲੱਗਦਾ ਗੂੰਦ ਪਾ ਕੇ ਬਸ ਇਹਨਾਂ ਨੇ ਜੋੜਤਾ ਚਿੱਪਤਾ। ਆਹ ਵਿੱਚ ਜਿਹੜਾ ਹੁੰਦਾ ਸਿਸਟਮ ਇਹ ਵਾਲਾ, ਇਹ ਵੀ ਜੇ ਥੋੜ੍ਹਾ ਜਿਹਾ ਤਕੜਾ ਨਾ ਹੋ ਤਾਂ ਤੁਸੀਂ ਖੋਚ ਸਕਦੇ ਹੋ, ਖੁਰਚ ਸਕਦੇ ਹੋ ਬੰਦੇ ਨੂੰ ਬਸ, ਤਾਂ ਤਾਂ ਇਹਨਾਂ ਨੇ ਆਹ ਕਰਕੇ ਬਸ ਇੱਕ ਵਾਰੀ ਰੰਦਾ ਮਾਰਤਾ ਹੋਣਾ, ਅਤੇ ਇਸ ਤਰ੍ਹਾਂ ਕੰਮ ਆ। ਸਾਰੇ ਲੱਕੜ ਦੇ ਜਿਹਨਾਂ ਜਿਹੜਾ ਗੰਦ ਮੰਦ ਜਿਹੜਾ ਇਕੱਠਾ ਹੁੰਦਾ ਕੂੜਾ, ਉਹਦੀ ਇਹ ਪੌੜੀ ਬਣਾਉਂਦੇ ਨੇ। ਰਸਤਾ ਬਾਹਰ ਦਾ ਗੇਟ, ਔਰ ਇਹਦੇ ਨਾਲ ਹੀ ਵਾਸ਼ਰੂਮ ਹੈ, ਬਾਹਰ ਆ ਵਾਸ਼ਰੂਮ ਦਾ ਏਰੀਆ, ਗਰਾਜ ਇਸ ਤਰ੍ਹਾਂ। ਔਰ ਇਹ ਸਾਰੀਆਂ ਜਿਹੜੀਆਂ ਲੱਕੜ ਹੈਗੀ ਆ ਇੱਥੋਂ ਦੀ, ਜਿਹੜਾ ਘਰ ਬਣਦਾ ਉਹ ਆ ਲੱਕੜ ਦੇ ਸਾਂਚੇ ਨਾਲ ਬਣਦਾ, ਇਹ ਲੱਕੜਾਂ ਨੇ ਬਸ, ਇਹਦੇ ਲੱਕੜਾਂ ਦੇ ਉੱਤੇ ਇਹ ਸੀਟ ਲਾ ਕੇ ਜਿਪਸਮ ਦੀ, ਬਸ ਇਹਦੇ 'ਤੇ ਕੜੁੱਚ ਕੜੁੱਚ ਕਰਕੇ ਇੱਥੇ ਮੇਖਾਂ ਲਾ ਕੇ ਬਸ ਉਹਨੇ ਖੜਾ ਦੇਣੀ ਹੈ ਇੱਥੇ, ਕੋਈ ਇੱਟ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਲੱਗਦੀ। ਔਰ ਹਾਂ ਜਿਹੜੀ ਬਾਹਰ ਵਾਲੀ ਹੈ, ਬਾਹਰ ਵਾਲੀ ਸਾਈਡ ਕੰਧਾਂ ਹੁੰਦੀਆਂ ਨੇ, ਉਹਦੇ ਵਿੱਚ ਆਹ ਇੱਕ ਰਜਾਈ ਵਾਂਗੂ ਲੱਗਦਾ ਸਿਸਟਮ, ਇਹ ਐਂ ਆਉਂਦਾ ਖਾਂਚਾ, ਇਹ ਐਂ ਫਿਰ ਉਹਨੂੰ ਵਿੱਚ ਪਾ ਦਿੰਦੇ ਨੇ, ਔਰ ਇਹ ਇਸ ਤਰ੍ਹਾਂ ਦੇਖਣ ਨੂੰ ਲੱਗਦਾ ਜਿਵੇਂ ਸਕੁਏਅਰ ਕੱਟ ਕੇ, ਚੌਰਸ ਕੱਟ ਕੇ ਜਾਂ ਇੱਟਾਂ ਬਣਾ ਕੇ ਉਹਦੇ ਵਿੱਚ ਪਾ ਦਿੰਦੇ ਨੇ। ਔਰ ਆਹ ਛੱਤ ਹੈ, ਛੱਤ ਇਸ ਤਰ੍ਹਾਂ ਆਉਂਦੀ ਹੈ, ਬਣਾਇਆ ਬਣਾਇਆ ਖਾਂਚਾ ਆਉਂਦਾ ਘਰ ਦਾ, ਬਸ ਇਹਨੂੰ ਫਿੱਟ ਕਰ ਦਿੰਦੇ ਨੇ।
ਤਿੰਨ ਚੀਜ਼ਾਂ ਦੇ ਉੱਤੇ ਜ਼ਿਆਦਾਤਰ ਬਣਦਾ, ਇਲੈਕਟ੍ਰੀਸ਼ਨ, ਪਲੰਬਰ ਅਤੇ ਬਾਕੀ ਗੈਸ ਦੀ ਫਿਟਿੰਗ ਹੈ ਜਿਹੜੀ, ਉਹ ਤਿੰਨ ਮੇਨ ਮਹੱਤਵਪੂਰਨ ਚੀਜ਼ਾਂ ਨੇ। ਬਾਕੀ ਦਾ ਬਸ ਆਹ ਖਾਂਚਾ ਹੁੰਦਾ ਜਿਹੜਾ ਲਿਆ ਕੇ ਰੱਖ ਦਿੰਦੇ ਨੇ। ਅਤੇ ਜਿਹੜੀਆਂ ਕੰਧਾਂ ਨੇਗੀਆਂ, ਇਲੈਕਟ੍ਰੀਸ਼ਨ ਕੇਰਾਂ ਹੱਥ ਵਿੱਚ ਆਈਆਂ ਪਾ ਦਿੰਦਾ ਅਤੇ ਤਾਰਾਂ ਪਾ ਦਿੰਦਾ, ਉਸ ਤੋਂ ਬਾਅਦ ਬਸ ਕੰਮ ਸੌਖਾ। ਉਸ ਤੋਂ ਬਾਅਦ ਦੋ ਕੰਮ ਰਹਿ ਜਾਂਦੇ ਨੇ ਬੰਦੇ ਕੋਲ। ਪਹਿਲਾਂ ਤਾਂ ਕੰਧਾਂ ਲਾਉਣੀਆਂ, ਕੰਧਾਂ ਨਹੀਂ ਲਾਉਣੀਆਂ ਅਸਲ 'ਚ, ਜਿਪਸਮ ਦੀਆਂ ਸ਼ੀਟਾਂ ਲਾ ਕੇ, ਮੇਖਾਂ ਲਾ ਕੇ, ਐਂ ਨਾਲ ਲਾ ਕੇ ਬਸ ਇੱਥੇ ਮੇਖਾਂ ਲੱਗ ਜਾਣਗੀਆਂ।